ਅਤੇ ਉਹਦੇ ਸਟੋਰ 'ਤੇ ਹੀ ਰੱਦ ਸਟੋਰ 'ਤੇ ਕੋਈ ਬੰਦਾ ਆਇਆ ਸੀ, ਉਹ ਕਹਿੰਦਾ ਕੋਈ ਪੈਸੇ ਪੂਸੇ ਖੋਣ ਲੱਗਾ ਅਤੇ ਸੋ ਸਮਾਨ ਮੰਗਦਾ ਸੀ, ਉਹ ਘੱਟ ਏਜ ਦਾ ਹੀ ਇਹਨੇ ਮਨਾ ਕੀਤਾ ਅਤੇ ਉਹਨੇ ਸ਼ੂਟ ਕਰ ਦਿੱਤਾ। ਉਹਨਾਂ ਨੂੰ ਚਾਂਸ ਸੀਗਾ ਕਿ ਪੂਰਾ ਪੱਕਾ ਹੋ ਜਾਂਦਾ ਵੀ ਆਹ ਸਾਲ 'ਚ ਉਹਨਾਂ ਨੇ ਪੱਕੇ ਹੋ ਜਾਣਾ, ਅਤੇ ਫਿਰ ਆ ਕੇ ਸਾਰੇ ਕੰਮ ਹੋ ਜਾਂਦੇ। विदेश दे विच इक पंजाबी नौजवान दे कतल तो बाद इक अजिहा मोड़ सामने आया जिसकी किसी नूं भी उम्मीद नहीं सी। विदेशां तो हर दिन पंजाबी भाईचारे नाल संबंधित मंदभागियां खबरां सामने आउंदियां रहिंदियां ने। इस दे विच नाम जुड़िया सी मकेरियां दे पिंड आलो पट्टी दे 27 साल नौजवान दा जिसकी कैलिफोर्निया दे हस्पेरिया दे स्थित स्टोर च गोली मार के हत्या कर दित्ती गई सी। इस मामले दे विच अमेरिका दे पुलिस ने 16 साल मुंडे नूं गिरफ्तार कीता है जिसने हर किसी नूं हैरान करता। हस्पेरिया दे विच एक गैस स्टेशन दे कर्मचारी जो कि पंजाबी मूल दा सी उसदे कतल दे मामले च एक 16 साल मुंडे नूं गिरफ्तार कीता गया। सैन बेरनार्डियो कंट्री दे शेरिफ ने कहा कि स्टोर क्लर्क परवीन सिंह मेन स्ट्रीट दे 14500 ब्लॉक दे विच मोबाइल गैस स्टेशन दे फर्श ते अनरिस्पोंसिव पाया गया अते सिंह जो कि 27 सालां दा सी उसदी बाद च हस्पताल च मौत हो गई। शकी शूटर जिसकी पछाण एजेंसी ने 16 साल मुंडे दे वजो ही की है उसनु स्टोर दे एक ब्लॉक दे नेड़े लभ्या गया अते गिरफ्तार किया गया। इस नौजवान जिसनु गिरफ्तार किया गया एप्पल वैली दे हाई डिस्ट्रिक्ट जुवियन हॉल दे विच बुक किया गया सी। पुलिस ने कहा कि किसी भी व्यक्ति नु इस गोलीबारी बारे जानकारी देने लिए अधिकारियों 909-890-4904 ते कॉल करने लिए अपील की जाती है। गुमनाम रहने दे चाहवान कॉलर नु 1800-78 क्राइम स्टॉपर्स दा नंबर 27463 ते वी टिप हॉटलाइन नु कॉल करने दी अपील की गई है। तुहानू दस दईए कि जानकारी देंदे होए दूजे पासे पंजाब तो मृतक दे पिता ने सूरत सिंह नाम है जिन्हां दा उन्होंने दस्सिया है कि उन्हां दे दो पुत ने ते दोवें ही अमेरिका दे विच इक्को थां ते कम करदे ने। ਪਰਵੀਨ ਨੂੰ ਅਮਰੀਕਾ ਗਏ 7 ਸਾਲ ਹੋ ਗਏ ਸੀ ਅਤੇ ਛੋਟਾ ਪੁੱਤਰ ਹਾਲੇ 3 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ। ਸੂਰਤ ਸਿੰਘ ਨੇ ਆਖਿਆ ਕਿ ਉਸਦੇ ਛੋਟੇ ਪੁੱਤਰ ਨੇ ਦੱਸਿਆ ਸੀ ਕਿ ਜਿੱਥੇ ਪਰਵੀਨ ਕੰਮ ਕਰਦਾ ਉੱਥੇ ਇੱਕ ਲੁਟੇਰਾ ਸਟੋਰ ਤੇ ਆਇਆ ਅਤੇ ਉਸ ਤੋਂ ਪੈਸਿਆਂ ਦੀ ਮੰਗ ਕਰਨ ਲੱਗਿਆ। ਜਦੋਂ ਪਰਵੀਨ ਨੇ ਵਿਰੋਧ ਕੀਤਾ ਤਾਂ ਲੁਟੇਰੇ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਪਰਵੀਨ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਜੀ USA ਚ ਹੀ ਵਿਕਟਰ ਵੈਲੀ ਕਰਕੇ ਕੈਲੀਫੋਰਨੀਆ ਚ ਤੇ ਉਹਦੇ ਸਟੋਰ ਤੇ ਹੀ ਰੱਦ ਸਟੋਰ 'ਤੇ ਕੋਈ ਬੰਦਾ ਆਇਆ ਸੀ, ਉਹ ਕਹਿੰਦਾ ਕੋਈ ਪੈਸੇ ਪੂਸੇ ਖੋਣ ਲੱਗਾ ਅਤੇ ਸੋ ਸਮਾਨ ਮੰਗਦਾ ਸੀ, ਉਹ ਘੱਟ ਏਜ ਦਾ ਹੀ ਇਹਨੇ ਮਨਾ ਕੀਤਾ ਅਤੇ ਉਹਨੇ ਸ਼ੂਟ ਕਰ ਦਿੱਤਾ। ਅਸੀਂ ਤਾਂ ਉਹੀ ਮੰਗ ਕਰਾਂਗੇ ਕਿ ਜੀ ਹੁਣ ਅਸੀਂ ਤਾਂ ਕੀ ਕਹਿ ਸਕਦੇ ਜੀ, ਉਹ ਸਰਕਾਰ ਨੂੰ ਇਹੀ ਕਹਾਂਗੇ ਕਿ ਸਾਡੇ ਬੱਚੇ ਦੀ ਬੋਡੀ ਮਿਲ ਜਾਵੇ ਸਾਨੂੰ ਘਰ ਤੱਕ ਜਾਂਦੀ ਹੈ। ਇਹ ਅਕਸ਼ੇ 'ਤੇ ਗਿਆ ਸੀ ਜੀ ਪ੍ਰਵੀਨ ਜਿਹੜਾ, ਉਹਨੂੰ ਹੋ ਗਿਆ 7 ਸਾਲ ਗਿਆ ਅਤੇ ਛੋਟਾ ਹੁਣ 3 ਕੁ ਮਹੀਨੇ ਗਈ। ਲਾਸਟ ਵੇਲੇ ਕੀ ਗੱਲ ਕੀਤੀ ਉਹਨਾਂ ਨੇ? ਕੱਲ੍ਹ ਕੋਈ ਨਹੀਂ ਸਰ, ਗੱਲ ਤਾਂ ਕੋਈ ਨਹੀਂ ਕੀਤੀ ਉਹਨਾਂ ਨੇ, ਬਸ ਉਹ ਆਪਣਾ ਕੇਸ ਲਾਉਣ ਜਾ ਰਹੇ ਛੋਟੇ ਭਰਾਵਾਂ ਅਤੇ ਉਹਦੇ ਵਾਸਤੇ ਜਾਣਾ ਸੀ, ਅਤੇ ਉਹ ਗੱਲ ਹੋਈ ਮੇਰੇ ਨਾਲ ਕਿ ਅਸੀਂ ਅੱਜ ਨਿਕਲ ਜਾਣਾ ਅਤੇ ਉਹਨਾਂ ਨੇ 9-10 ਵਜੇ ਜਾਣਾ ਸੀ ਅਤੇ ਇੰਨੀ ਮੌਕਾ ਅਤੇ ਉਹਨਾਂ ਨੂੰ ਚਾਂਸ ਸੀਗਾ ਕਿ ਪੂਰਾ ਪੱਕਾ ਹੋ ਜਾਂਦਾ ਵੀ ਆਹ ਸਾਲ 'ਚ ਉਹਨਾਂ ਨੇ ਪੱਕੇ ਹੋ ਜਾਣਾ ਅਤੇ ਫਿਰ ਆ ਕੇ ਸਾਰੇ ਕੰਮ ਹੋ ਜਾਣਗੇ। ਕੀ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ? ਅਸੀਂ ਤਾਂ ਉਹੀ ਮੰਗ ਕਰਦੇ ਹਾਂ ਜੀ ਹੁਣ ਸਾਡੀ ਬਾਡੀ ਬੋਡੀ ਲਿਆ ਸਾਡੀ ਬਾਡੀ। इस दुखदायक खबर के कारण इलाके च सोग की लहर दौड़ चुकी है क्योंकि विदेशों तो भारतीय नौजवानों की मौत की मंदभागियां खबर इत नहीं सामने आ रही। सूरत सिंह ने भारत सरकार तो मांग की है कि उसके पुत की मृतक से भारत लियाने उसकी मदद की जाए। ਤਾਂ ਦੱਸ ਦੇ ਕਿ ਅਮਰੀਕਾ ਇਸ ਵੇਲੇ ਅਜਿਹੇ ਮੁਲਕਾਂ ਦੇ ਲਿਸਟ ਵਿੱਚ ਸ਼ਾਮਲ ਹੋ ਗਿਆ ਜਿੱਥੇ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਅਤੇ ਇਹ ਸਿਰਫ ਸਟੋਰਾਂ ਦੇ ਵਿੱਚ ਲੁੱਟ ਖੋਹ ਦੇ ਲਈ ਨਹੀਂ ਹੁੰਦੀਆਂ, ਇਹ ਸਕੂਲਾਂ ਦੇ ਵਿੱਚ ਵੀ ਤਾਬੜਤੋੜ ਗੋਲੀਬਾਰੀ ਹੁੰਦੀ ਰਹਿੰਦੀ ਹੈ। ਇਸ ਦੇ ਲਈ ਦੇਖਿਆ ਜਾ ਰਿਹਾ ਹੈ ਕਿ ਕਿਹੜਾ ਦੇਸ਼ ਸੇਫ ਹੈ। ਕੈਨੇਡਾ ਤੋਂ ਵੀ ਆਏ ਦਿਨ ਮੰਦਭਾਗੀਆਂ ਖਬਰਾਂ ਆ ਰਹੀਆਂ ਨੇ, ਅਮਰੀਕਾ ਦਾ ਨਾਮ ਵੀ ਪਿੱਛੇ ਨਹੀਂ ਹਟ ਰਿਹਾ। ਜੇਕਰ ਪੰਜਾਬ ਦੇ ਨੌਜਵਾਨ ਰੋਜ਼ਗਾਰ ਲਈ ਕਿਤੇ ਜਾਣ ਤਾਂ ਉਹ ਕਿਹੜਾ ਦੇਸ਼ ਹੋਵੇ? ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।